ਜੀ ਸਰ, ਮਾਨਯੋਗ ਬੀਜੇਪੀ ਸਾਹਿਬ ਪੰਜਾਬ, ਸ੍ਰੀ ਸਵਪਨ ਸ਼ਰਮਾ IPS ਕਮਿਸ਼ਨਰ ਪੁਲਿਸ ਜਲੰਧਰ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈਗਾ ਪੰਜਾਬ ਵਿੱਚ, ਪਰ ਖਾਸ ਕਰਕੇ ਸ਼ਹਿਰਾਂ ਦੇ ਵਿੱਚ, ਇਹਦੇ ਸੰਬੰਧ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਹੈਗੀ ਆ ਮੁਹਿੰਮ ਜਲੰਧਰ ਪੁਲਿਸ ਵੱਲੋਂ ਚਲਾਈ ਗਈ ਸੀ। ਉਹ ਇਸੇ ਕੰਪੇਨ ਦੇ ਤਹਿਤ ਇੰਚਾਰਜ CIA ਇੰਸਪੈਕਟਰ ਸੁਰਿੰਦਰ ਸਿੰਘ ਦੀ ਟੀਮ ਨੂੰ ਬੀਤੀ 14-8 ਨੂੰ ਇੱਕ ਅਹਿਮ ਸਫਲਤਾ ਮਿਲੀ, ਜਦੋਂ ਦਰਾਨੇ ਸ਼ਕਤੀਪੁਰ SA ਜਸਵਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇੱਕ ਜਿਹੜਾ ਹੈਗਾ ਮਨਜੀਤ ਸਿੰਘ ਮਾਣੀ ਨਾਮ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਕਾਬੂ ਕੀਤਾ ਭੋਡੇ ਸਬਰਾਈਡੈਂਟ ਤੋਂ, ਔਰ ਦਰਾਨੇ ਚੈਕਿੰਗ ਮਨਜੀਤ ਸਿੰਘ ਮਾਣੀ ਦੇ ਕੋਲੋਂ 1 ਕਿਲੋ 25 ਗ੍ਰਾਮ ਜਿਹੜੀ ਸੀਗੀ ਹੈਰੋਇਨ ਬਰਾਮਦ ਹੋਈ ਸੀਗੀ, ਜੋ ਇਹਦੇ ਸੰਬੰਧ ਦੇ ਵਿੱਚ FIR ਨੰਬਰ 181 ਮਿਤੀ 14-8-24 ਨੂੰ ਜਿਹੜੀ ਹੈਗੀ ਆ ਇਹ ਦਰਜ ਰਜਿਸਟਰ ਹੋਈ ਸੀਗੀ ਥਾਣਾ ਸਦਰ ਜਲੰਧਰ ਦੇ ਵਿੱਚ। ਤੋ ਜਦੋਂ ਇਹਨੂੰ ਟੈਲੀਵਿਜ਼ਨ ਦੇ ਦੌਰਾਨ ਮਾਣੀ ਨੂੰ ਪੁੱਛਗਿੱਛ ਕੀਤੀ ਗਈ ਕਿ ਇਹਦਾ ਨੈਟਵਰਕ ਕੀ ਹੈਗਾ, ਤੋ ਇਹਦੇ ਬੈਕਵਰਡ ਨੂੰ ਜਿਹੜਾ ਹੈਗਾ ਬੈਕਵਰਡ ਫਾਰਵਰਡ ਲਿੰਕਸ ਨੂੰ ਜਿਹੜਾ ਹੈਗਾ ਪੁਲਿਸ ਨੇ ਵਾਚਿਆ। ਤੋ ਬੈਕਵਰਡ ਲਿੰਕ ਦੇ ਵਿੱਚ ਇੱਕ ਜੁਗਰਾਜ ਸਿੰਘ ਜੋਗਾ, ਬੇਸਿਕਲੀ ਇਹ ਵੀ ਇੱਕ ਬਹੁਤ ਹਾਈ ਲੈਵਲ ਦਾ ਸਮੱਗਲਰ ਹੈ ਜਿਹੜਾ ਕਿ ਦੌਰੇਵਾਲ ਪਿੰਡ ਮੋਗੇ ਦੇ ਵਿੱਚ ਪੈਂਦਾ ਹੈਗਾ, ਉਹਨੂੰ ਨਾਮਜ਼ਦ ਕੀਤਾ ਸੀਗਾ। ਤੋ ਇਹ ਜਿਹੜਾ ਹੈਗਾ ਜੁਗਰਾਜ ਸਿੰਘ, ਇਹਦੇ ਕੋਲੋਂ ਜਿਹੜਾ ਇਹਦਾ ਡਿਸਕਲੋਜਰ ਸਟੇਟਮੈਂਟ ਸੀਗਾ ਆਪਣੀ ਮਾਣੀ ਦਾ, ਉਹਦੇ ਅਕੋਰਡਿੰਗਲੀ ਜਗਰਾਜ ਸਿੰਘ ਜਿਹੜਾ ਹੈਗਾ 5 ਕਿਲੋ 58 ਗ੍ਰਾਮ ਜਿਹੜੀ ਅਫੀਮ ਹੈ ਇਹਦੇ ਤੋਂ ਬਰਾਮਦ ਹੋਈ ਹੈ। ਤੋ ਜਿਹੜੇ ਇਹ ਇੰਟਰਸਟੇਟ ਜਿਹੜਾ ਇਹ ਡਰੱਗ ਰੈਕਟ ਚਲਾਉਂਦੇ ਸੀਗੇ, ਆਲਮੋਸਟ ਜਿਹੜਾ ਇਹ ਸਮਗਲਿੰਗ ਇਹ ਕਰਦੇ ਸੀਗੇ ਜਿਹੜੇ ਨਸ਼ੇ ਦੀ, ਇਹ MP ਰਾਜਸਥਾਨ ਵਗੈਰਾ ਤੋਂ ਇਹ ਲੈ ਕੇ ਆਉਂਦੇ ਸੀਗੇ। ਤੋ ਫਿਲਹਾਲ ਇਸ ਰੈਕਟ ਨੂੰ ਬਸਟ ਕਰਨ ਦੇ ਵਿੱਚ ਜਿਹੜੀ ਜਲੰਧਰ ਪੁਲਿਸ ਹੈਗੀ ਹੈ, ਖਾਸ ਕਰਕੇ ਕਮਿਸ਼ਨਰ ਪੁਲਿਸ, ਇਹ ਦੋ ਜਿਹੜੇ ਹੈਗੇ ਅਸੀਂ ਮੋਟੇ ਸਮਗਲਰ ਮਨਜੀਤ ਮਾਣੀ ਔਰ ਜਗਰਾਜ ਸਿੰਘ ਜੋਗਾ, ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ। ਤੋ ਫਿਲਹਾਲ ਜਿਹੜੇ ਹੈਗੇ ਸਾਡੇ ਕੋਲ ਪੁਲਿਸ ਮਾਰ ਤੇ ਨੇ, ਅਦਰ ਇੰਟਰੋਗੇਸ਼ਨ ਜਿਹੜੀ ਹੈਗੀ ਉਹ ਜਾਰੀ। ਕਿੰਨੇ ਦਿਨ ਦਾ ਮਾਣੀ ਦਾ ਰਿਮਾਂਡ ਖਤਮ ਹੋ ਗਿਆ? ਜਿਹੜਾ ਮਾਣੀ ਆ ਉਹ ਵੀ ਸਾਡੇ ਕੋਲ ਪੁਲਿਸ ਰਿਮਾਂਡ ਤੇ ਹੈ, ਔਰ ਇਹਨਾਂ ਦੇ ਜੋਗਾ ਦੋਨਾਂ ਦਾ 3-3 ਦਿਨ ਦਾ ਸਰ ਰਿਮਾਂਡ, 3-3 ਦਿਨ ਦਾ ਦੋਨਾਂ ਦਾ ਰਿਮਾਂਡ। ਤੇ ਹੀਰੋ ਹੀ ਜਿਹੜੀ ਸੀ ਕਿੱਥੋਂ ਰਹਿੰਦੇ ਸੀ ਨਸ਼ਾ ਜਿਹੜਾ ਕਿੱਥੋਂ ਕਵਰ ਜਿਹੜਾ ਹੀਰੋ ਹੀ ਜਿਹੜਾ ਉਹ ਮਨਜੀਤ ਦੇ ਕੋਲ ਕਿਹਾ ਸੀਗਾ ਜੋਗੇ ਕੋਲ ਕਿ ਜਿਹੜੀ ਮਨਜੀਤ ਦੇ ਕੋਲੋਂ ਰਿਕਵਰ ਹੋਈ ਹੈਗੀ ਆ ਔਰ ਜਿਹੜੀ ਜੋਗੇ ਦੇ ਕੋਲ ਕਵਰ ਹੈ ਕਿ ਇਹ ਸਾਰਾ ਜਿਹੜਾ ਹੈ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ, ਅਸੀਂ ਤੁਹਾਨੂੰ ਉਹਦੇ ਵਿੱਚ ਕਲੀਅਰ ਕਰ ਦੇਵਾਂਗੇ ਸਰ। ਜੋਗੇ ਤੇ ਮਨਜੀਤ ਦਾ ਕੀ ਫਿਲਹਾਲ ਇਹ ਇਕੱਠੇ ਚੱਲਦੇ ਹੈਗੇ ਨੇ ਔਰ ਇੱਕ ਦੂਜੇ ਨੂੰ ਸਪਲਾਈ ਕਰਦੇ ਨੇ, ਲੇਕਿਨ ਡਿਟੇਲ ਇਨਵੈਸਟੀਗੇਸ਼ਨ ਦੇ ਵਿੱਚ ਇਸ ਤਰ੍ਹਾਂ ਦੁਬਾਰਾ ਦੱਸਦੇ ਹਾਂ। ਸਰ ਮਾਰਕੀਟ ਵੈਲਿਊ ਕੀ ਹੈ ਜਿਹੜੀ ਤੁਸੀਂ ਅਫੀਮ ਪਕੜੀ? ਮਾਰਕੀਟ ਵੈਲਿਊ ਅਫੀਮ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਟੇਟ ਦੇ ਵਿੱਚ ਹੈਗੀ ਹੈ ਹੈਰੋਇਨ ਔਰ ਅਫੀਮ। ਵੈਸੇ ਮਾਰਕੀਟ ਵੈਲਿਊ ਤਾਂ ਨਹੀਂ ਕਹਿ ਸਕਦੇ ਹੈਗੇ, ਸਮਾਜ ਦੇ ਵਿੱਚ ਜੋ ਰੇਟ ਚੱਲਦਾ ਹੈਗਾ ਉਹਦੀ ਕੋਈ ਕੋਸਟ ਨਹੀਂ ਆਪਾਂ ਲਾ ਸਕਦੇ ਹੈਗੇ ਕਿ ਮਾਰਕੀਟ ਵੈਲਿਊ ਕੀ ਹੈ। ਇੰਟਰਨੈਸ਼ਨਲ ਵੈਲਿਊ ਸਾਨੂੰ ਨਹੀਂ ਹੋਣੀ ਚਾਹੀਦੀ। ਬਾਈਕ ਸਮਝ ਬੈਠੇ।